ਹੁਣਾ ਪਾਗੇ ਅਗਲੀ ਖਬਰ ਵੱਲ ਵਧਦੇ ਆਂ ਹਰ ਰੋਜ਼ ਬੇਅਦਬੀਆਂ ਹੋ ਰਹੀਆਂ ਨੇ ਕਦੇ ਕਿਤੇ ਕਦੇ ਕਿਤੇ ਕਦੇ ਰਾਜਪੂਰੇ ਹੋ ਜਾਂਦੀ ਐ ਕਦੇ ਪਟਿਆਲੇ ਹੋ ਜਾਂਦੀ ਐ ਹਰ ਰੋਜ਼ ਇਹ ਹੋਕ ਹੀ ਰਿਹਾ ਹੈ ਗੁਰੂ ਘਰਾਂ ਵਿੱਚ ਹੀ ਬੇਅਦਬੀਆਂ ਕਿਉਂ ਹੋ ਰਹੀਆਂ ਨੇ ਇਹ ਬੜੀ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਸਿੱਖ ਜਥੇਬੰਦੀਆਂ ਸਿੱਖ ਬੁੱਧੀਜੀਵੀ ਵੀ ਇਸ ਗੱਲ ਤੇ ਹੈਰਾਨ ਹੈ ਵੀ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਪੱਤਰ ਹੀ ਕਿਉਂ ਸਾੜੇ ਜਾਂਦੇ ਨੇ ਹਰ ਰੋਜ਼ ਕੋਟਕਾ ਸਾਹਿਬ ਦੀ ਬੇਅਦਬੀ ਕਿਉਂ ਕੀਤੀ ਜਾਂਦੀ ਹੈ ਹਰ ਰੋਜ਼ ਗੁਰੂ ਘਰ ਦੀ ਪ੍ਰਕਰਮਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਪੁੱਠੇ ਕੰਮ ਕਰਦੇ ਨੇ ਹੁਣ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਹਟ ਸਾਹਿਬ ਵਿੱਚ ਪੇਸ਼ ਆਇਆ ਜਿੱਥੇ ਪਾਠ ਚੱਲ ਰਿਹਾ ਹੈ ਕਿ ਗੁਰਬਾਣੀ ਕੀਰਤਨ ਚੱਲ ਰਿਹਾ ਹੈ ਔਰ ਇੱਕ ਸਖਸ਼ ਰਮਾਲ ਨਾਲ ਮੂੰਹ ਬੰਨ ਕੇ ਆਉਂਦਾ ਹੈ ਉਹ ਜਿਵੇਂ ਉਹ ਪ੍ਰਕਰਮਾਂ ਵਿੱਚ ਦਾਖਲ ਹੁੰਦਾ ਹੈ ਤਾਂ ਗ੍ਰੰਤੀ ਸਿੰਘਾਂ ਨੂੰ ਗੁਰੂ ਘਰ ਦੇ ਬਾਕੀ ਕਰਮਚਾਰੀ ਨੂੰ ਸ਼ੱਕ ਪੈਦਾ ਹੋ ਜਾਂਦਾ ਹੈ ਵੀ ਜਿਹੜਾ ਬੰਦਾ ਮੂੰਹ ਟਾ ਕੇ ਅੰਦਰ ਕੀ ਆਇਆ ਹੈ ਇਹ ਜਰੂਰ ਸ਼ੱਕੀ ਹੈ ਕੋਈ ਨਾ ਕੋਈ ਗੜਬੜ ਕਰ ਸਕਦਾ ਉਹੀ ਹੋਇਆ ਮੱਥਾ ਡੇਕਦਾ ਪੱਟ ਤੇ ਥਾਪੀ ਮਾਰਦਾ ਤੇ ਗ੍ਰੰਥ ਜਿਹੜੇ ਕੀਰਤਨ ਕਰ ਰਹੇ ਨੇ ਉਹਨਾਂ 'ਤੇ ਹਮਲਾ ਕਰਨ ਵਾਸਤੇ ਬਾਅਦ ਤੇ ਐਨ ਵਿੱਚ ਵਿਚਾਲੇ ਗ੍ਰੰਤੀ ਸਿੰਘ ਤੇ ਇੱਕ ਦੋ ਬੰਦੇ ਹੋਰ ਪੈ ਕੇ ਸੇਵਾਦਾਰ ਨੂੰ ਰੋਕ ਲਾਂਦੇ ਨੇ ਫਿਰ ਉਹ ਕਰਦਾ ਕੀ ਹੈ ਕਾਤਲਾਨਾ ਹਮਲਾ ਕਰਦਾ ਗ੍ਰੰਥੀ ਸਿੰਘ ਤੇ ਉਹ ਕ੍ਰਾਂਤੀਸ਼ਿਕ ਨੂੰ ਹਮਲਾ ਕਰ ਦਿੰਦਾ ਆਪ ਵੀ ਜ਼ਖਮੀ ਹੋ ਜਾਂਦਾ ਹਾਲਾਂਕਿ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰਤਾ ਪਰ ਸਵਾਲ ਇੱਥੇ ਖੜਾ ਹੁੰਦਾ ਕਿ ਇਹਦਾ ਲੋਕਾਂ ਦੇ ਮਨਸੂਬੇ ਕੀ ਨੇ ਇਹ ਕਿਉਂ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਨੇ ਕਿਉਂ ਇਹ ਸਿੱਖ ਕਮਿਊਨਿਟੀ ਦੇ ਹਮਲੇ ਕਰ ਰਹੇ ਨੇ ਕਿਉਂ ਇਹ ਗੁਰੂ ਘਰਾਂ ਵਿੱਚ ਜਾ ਜਾ ਕੇ ਪਹਿਲੀ ਵਾਰ ਹੋ ਰਿਹਾ ਜਾਂ ਤਾਂ ਇਹ ਹੋ ਸਕਦਾ ਵੀ ਸਰਕਾਰ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ ਵੀ ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਜਾਵੇ ਵੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਕੀ ਹੋ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਸ਼ਰੌਮਣੀ ਇਕਲਦਾਲ ਨੂੰ ਬਦਨਾਮ ਕੀਤਾ ਗਿਆ ਸੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਜ ਆਮ ਆਦਮੀ ਪਾਰਟੀ ਦਾ ਕੋਈ ਕਸੂਰ ਨਹੀਂ ਮੇਰੇ ਹਿਸਾਬ ਦੇ ਨਾਲ ਭਗਵੰਤ ਮਾਨ ਖੁਦ ਚਿੰਤਤ ਨੇ ਮਾਨ ਸਾਹਿਬ ਖੁਦ ਇਸ ਗੱਲ ਨੂੰ ਚਿੰਤਤ ਨੇ ਕਿ ਕੀ ਕਰਨਾ ਹੈ ਕਿਵੇਂ ਹੋਵੇ ਉਹ ਲੋਕਾਂ ਨੂੰ ਬਾਰ ਬਾਰ ਅਪੀਲ ਕਰ ਰਹੇ ਨੇ ਐ ਜੀ ਪੀ ਸੀ ਬਾਰ ਬਾਰ ਅਪੀਲ ਕਰ ਰਹੀ ਵੀ ਭਾਈ ਇਦਾਂ ਦੇ ਕੰਮ ਨਾ ਕਰੋ ਖੈਰ ਇੱਕ ਬੇਅਦਬੀ ਦੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਉਹ ਮੈਂ ਕਰਤੀ